ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਸਰਦ ਮੌਸਮ ਵਿੱਚ ਪਤੰਗਬਾਜ਼ੀ ਇੱਕ ਖਾਸ ਰੁਤਬਾ ਰੱਖਦੀ ਹੈ ਤੇ ਉਸ ਨੂੰ ਹੋਰ ਵਧਾ ਦਿੰਦਾ ਹੈ ਜਦੋਂ ਇਹ ਪਤੰਗਬਾਜ਼ੀ ਸਮਾਜਿਕ ਅਤੇ ਧਾਰਮਿਕ ਜਾਗਰੂਕਤਾ ਦੇਣ ਦਾ ਕੰਮ ਕਰ ਰਹੀ ਹੈ। ਅਤੇ ਆਪਾਂ ਜਿਹੜਾ ਹੈਗਾ ਯੂਥ ਕਲੱਬ 'ਚ ਵੇਰੀਅਸ ਈਵੈਂਟਸ ਔਰਗਨਾਈਜ਼ ਕਰਦੇ ਹਾਂ ਜਿਸ 'ਚ ਪੜ੍ਹਾਈ ਤੋਂ ਇਲਾਵਾ ਅਲੱਗ ਅਲੱਗ ਖੇਤਰਾਂ ਵਿੱਚ ਜਿੱਥੇ ਕਿ ਡਾਂਸ ਹੁੰਦਾ ਹੈ, ਸਿੰਗਿੰਗ ਹੁੰਦੀ ਹੈ ਜਾਂ ਹੋਰ ਕਈ ਈਵੈਂਟਸ ਅਸੀਂ ਔਰਗਨਾਈਜ਼ ਕਰਦੇ ਹਾਂ। ਅਤੇ ਇਸ ਵਾਰ ਅਸੀਂ 550 ਸਾਲਾਂ ਦਾ ਜਿਵੇਂ ਪ੍ਰਕਾਸ਼ ਪੁਰਬ ਮਨਾਇਆ ਹੈਗਾ ਅਤੇ ਉਹਦੇ ਉਦੇਸ਼ ਨਾਲ ਅਸੀਂ ਇੱਕ ਕਾਈਟ ਤਿਆਰ ਕੀਤੀ ਹੈ, ਪਤੰਗ ਤਿਆਰ ਕੀਤੀ ਹੈ। ਅਤੇ ਸਾਡਾ ਮੁੱਖ ਉਦੇਸ਼ ਇਹ ਹੈਗਾ ਕਿ ਜਿਵੇਂ ਕਈ ਲੋਕਾਂ ਦਾ ਭਰਮ ਹੈਗਾ ਕਿ 550 ਸਾਲ ਇੱਕ ਦਿਨ ਦਾ ਹੁੰਦਾ ਹੈ, ਅਤੇ ਸਾਡੇ ਹਿਸਾਬ 'ਤੇ 550 ਸਾਲ ਜਿਹੜਾ ਹੈਗਾ ਉਹ ਅਸੀਂ ਹਰ ਦਿਨ ਸਾਡਾ ਅੱਜ ਦੀ ਡੇਟ 'ਚ 550 ਸਾਲ ਹੈ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਸਰਦ ਮੌਸਮ ਦੇ ਵਿੱਚ ਪਤੰਗਬਾਜ਼ੀ ਨੌਜਵਾਨਾਂ ਦਾ ਪਹਿਲਾ ਸ਼ੌਕ ਰਹਿੰਦਾ ਹੈ। ਇਸ ਸ਼ੌਕ ਦੇ ਚੱਲਦਿਆਂ ਸਮਾਜ ਵਿੱਚ ਸਮਾਜਿਕ ਅਤੇ ਧਾਰਮਿਕ ਜਾਗਰੂਕਤਾ ਫੈਲਾਉਣ ਲਈ ਸੁਲਤਾਨਪੁਰ ਲੋਧੀ ਵਿਖੇ ਇੱਕ ਅਨੋਖਾ ਪ੍ਰਬੰਧ ਕੀਤਾ ਗਿਆ। ਇਹ ਤਾਂ ਸਭ ਜਾਣਦੇ ਨੇ ਕਿ ਪਤੰਗਬਾਜ਼ੀ ਇੱਕ ਅਨੋਖੀ ਖੇਡ ਹੈ ਤੇ ਇਸ ਸ਼ੌਕ ਦੇ ਦੀਵਾਨੇ ਪੂਰੀ ਦੁਨੀਆਂ ਵਿੱਚ ਮੌਜੂਦ ਨੇ, ਪਰ ਇਸ ਖਾਸ ਖੇਡ ਦੇ ਜ਼ਰੀਏ ਯੂਥ ਕਲੱਬ ਮੋਹਾਲੀ ਜੋ ਕਿ ਪਹਿਲਾਂ ਵੀ ਮਹਾਤਮਾ ਗਾਂਧੀ ਜੀ ਦੇ 150ਵੇਂ ਜੈਅੰਤੀ ਮੌਕੇ ਸਮਾਜਿਕ ਚੇਤਨਾ ਦੇ ਲਈ ਇੱਕ ਪਤੰਗਬਾਜ਼ੀ ਸੰਦੇਸ਼ ਦੇ ਚੁੱਕਿਆ ਹੈ। ਉਹਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਾਸ ਪਤੰਗਬਾਜ਼ੀ ਦੇ ਸੀਜ਼ਨ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਤੋਂ ਕੀਤੀ ਹੈ ਜੋ ਕਿ ਹੁਣ ਪੂਰਾ ਸਾਲ ਚੱਲਦੀ ਰਹੇਗੀ ਅਤੇ ਦੇਸ਼ ਦੇ ਅਲੱਗ ਅਲੱਗ ਕੋਨਿਆਂ ਵਿੱਚ ਜਾ ਕੇ ਪਤੰਗਬਾਜ਼ੀ ਰਾਹੀਂ ਲੋਕਾਂ ਨੂੰ ਧਾਰਮਿਕ ਅਤੇ ਸਮਾਜਿਕ ਸੁਨੇਹੇ ਦਿੱਤੇ ਜਾਣਗੇ ਅਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਲੋਕਾਂ ਨੂੰ ਸਮਝਾਏ ਜਾਣਗੇ, ਉਹਨਾਂ ਤੇ ਚੱਲਣ ਦੀ ਅਪੀਲ ਸੰਗਤ ਨੂੰ ਕੀਤੀ ਜਾਵੇਗੀ। ਇਹ ਪਤੰਗ ਇੱਥੋਂ ਸ਼ੁਰੂਆਤ ਕੀਤੀ ਹੈ, ਕੀ ਮਕਸਦ ਕੀ ਹੈ ਜਾਂ ਪਤੰਗ ਸ਼ੁਰੂਆਤ ਕਰਨ ਦਾ? ਇਹ ਸਾਨੂੰ 2-3 ਦਿਨਾਂ ਤੋਂ ਫੋਨ ਆ ਰਿਹਾ ਸੀਗਾ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਨੂੰ ਮੁੱਖ ਰੱਖ ਜਿਹੜਾ ਨਵਾਂ ਸਾਲ ਚੜ੍ਹਨਾ ਇਹਦੇ ਤੋਂ ਅਸੀਂ ਸ਼ੁਰੂਆਤ ਕਰ ਰਹੇ ਹਾਂ ਵੀ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਇਹ ਕਲੱਬ ਵੱਲੋਂ ਪਤੰਗ ਉਡਾਉਂਦੇ ਆ ਅਤੇ ਵੱਖ ਵੱਖ ਮੈਸੇਜ ਦਿੰਦੇ ਆ, ਜਿਸ ਤਰ੍ਹਾਂ ਜਿਹੜੇ ਫੌਜ ਵਿੱਚ ਭਰਤੀ ਹੋਣ ਦਾ, ਇਨਵਾਇਰਮੈਂਟ ਦਾ, ਅਤੇ ਇਸੇ ਤਰ੍ਹਾਂ ਇਹਨਾਂ ਨੇ 550 ਸਾਲਾਂ ਦਿਹਾੜੇ ਨੂੰ ਮੁੱਖ ਰੱਖ ਕੇ ਇੱਕ ਪਤੰਗ ਬਣਾਈ ਹੈ ਅਤੇ ਉਹ ਦੀ ਸ਼ੁਰੂਆਤ ਜਿਹੜੀ ਹੈਗੀ ਉਡਾਉਣਗੇ ਅਤੇ ਇਸ ਦੁਨੀਆਂ ਦੇ ਸਾਰੇ, ਪਰ ਉਹਦਾ ਉਦਘਾਟਨ ਇੱਥੋਂ ਕਰਨਾ ਚਾਹੁੰਦੇ ਸੀ। ਅੱਜ ਵਿਸ਼ੇਸ਼ ਤੌਰ 'ਤੇ ਆਏ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾਂ ਦਾ ਮੈਸੇਜ ਦੇਣ ਵਾਸਤੇ ਅਤੇ ਇਨਵਾਇਰਮੈਂਟ ਦਾ ਮੈਸੇਜ ਦੇਣ ਵਾਸਤੇ ਕੋਈ ਨਾ ਕੋਈ ਨੂੰ ਕਿਸੇ ਹਰ ਤਿਉਹਾਰ ਨੂੰ ਮੁੱਖ ਰੱਖ ਕੇ ਜਾਂ ਕਿਸੇ ਸਮਾਜਿਕ ਬੁਰਿਆਈ ਦੇ ਖੰਡਨ ਵਾਸਤੇ ਇਹ ਆਪਣੇ ਪਤੰਗਾਂ ਰਾਹੀਂ ਮੈਸੇਜ ਦਿੰਦੇ ਆ। ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਹਾਂ। ਇਸੇ ਤਰ੍ਹਾਂ ਹੀ ਆਕਾਸ਼ ਵਿੱਚ ਇਹਨਾਂ ਦੀਆਂ ਪਤੰਗਾਂ ਉੱਡਦੀਆਂ ਰਹਿਣ ਅਤੇ ਮੈਸੇਜ ਦਿੰਦੇ ਰਹਿਣ। ਧੰਨਵਾਦ ਜੀ। ਔਰ ਕੀ ਮਕਸਦ ਲੈ ਕੇ ਤੁਸੀਂ ਪਤੰਗ ਉਡਾਉਣ ਦਾ ਇਹ ਪ੍ਰਣ ਕੀਤਾ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵਰੁਣ ਚੱਡਾ ਹੈਗਾ, ਯੂਥ ਕਲੱਬ SAS ਨਗਰ ਦਾ ਪ੍ਰੈਜ਼ੀਡੈਂਟ। ਅਤੇ ਆਪਾਂ ਜਿਹੜਾ ਹੈਗਾ ਯੂਥ ਕਲੱਬ 'ਚ ਵੇਰੀਅਸ ਈਵੈਂਟਸ ਔਰਗਨਾਈਜ਼ ਕਰਦੇ ਹਾਂ ਜਿਸ 'ਚ ਪੜ੍ਹਾਈ ਤੋਂ ਇਲਾਵਾ ਅਲੱਗ ਅਲੱਗ ਖੇਤਰਾਂ ਵਿੱਚ ਜਿੱਥੇ ਕਿ ਡਾਂਸ ਹੁੰਦਾ ਹੈ, ਸਿੰਗਿੰਗ ਹੁੰਦੀ ਹੈ ਜਾਂ ਹੋਰ ਕਈ ਈਵੈਂਟਸ ਅਸੀਂ ਔਰਗਨਾਈਜ਼ ਕਰਦੇ ਹਾਂ। ਅਤੇ ਇਸ ਵਾਰ ਅਸੀਂ 550 ਸਾਲਾਂ ਦਾ ਜਿਵੇਂ ਪ੍ਰਕਾਸ਼ ਪੁਰਬ ਮਨਾਇਆ ਹੈਗਾ ਅਤੇ ਉਹਦੇ ਉਦੇਸ਼ ਨਾਲ ਅਸੀਂ ਇੱਕ ਕਾਈਟ
ਤਿਆਰ ਕੀਤੀ ਹੈ, ਪਤੰਗ ਤਿਆਰ ਕੀਤੀ ਹੈ ਜਿਹੜੀ ਕਿ ਕੱਪੜੇ ਨਾਲ ਬਣੀ ਹੋਈ ਹੈ। ਅਤੇ ਸਾਡਾ ਮੁੱਖ ਉਦੇਸ਼ ਇਹ ਹੈਗਾ ਕਿ ਜਿਵੇਂ ਕਈ ਲੋਕਾਂ ਦਾ ਭਰਮ ਹੈਗਾ ਕਿ 550 ਸਾਲ ਇੱਕ ਦਿਨ ਦਾ ਹੁੰਦਾ, ਅਤੇ ਸਾਡੇ ਹਿਸਾਬ 'ਤੇ 550 ਸਾਲ ਜਿਹੜਾ ਹੈਗਾ ਉਹ ਅਸੀਂ ਹਰ ਦਿਨ ਸਾਡਾ ਅੱਜ ਦੀ ਡੇਟ 'ਚ 550 ਸਾਲ ਹੈ। ਅਤੇ ਅਸੀਂ ਜੇ ਬਾਬਾ ਜੀ ਦਾ ਉਪਦੇਸ਼ ਲੈ ਕੇ ਚੱਲੀਏ, ਬਾਬਾ ਜੀ ਦਾ ਉਪਦੇਸ਼ ਸੀਗਾ ਕਿ ਕਿੱਥੇ ਨਾ ਕਿੱਥੇ ਅਸੀਂ ਇੱਕ ਦੂਸਰੇ ਦਾ ਸਾਥ ਦੇਈਏ, ਅਤੇ ਅਸੀਂ ਇਹੀ ਚੀਜ਼ ਚਾਹੁੰਦੇ ਹਾਂ ਕਿ ਇਹ ਪਤੰਗਾਂ ਰਾਹੀਂ ਅਸੀਂ ਚਾਹੁੰਦੇ ਹਾਂ ਕਿ ਕਿੱਥੇ ਨਾ ਕਿੱਥੇ ਦੇਸ਼ ਭਰ 'ਚ ਇੱਕ ਦੂਸਰੇ ਦਾ ਅਸੀਂ ਸਾਥ ਨੂੰ ਪ੍ਰਮੋਟ ਕਰੀਏ। ਈਵਨ ਅਬਰੋਡ 'ਚ ਵੀ, ਵਿਦੇਸ਼ਾਂ ਦੀ ਧਰਤੀ 'ਚ ਵੀ ਅਸੀਂ ਇਸ ਮੈਸੇਜ ਨੂੰ ਲੈ ਕੇ ਜਾਈਏ, ਅਤੇ ਇਸੇ ਉਦੇਸ਼ ਨਾਲ ਅਸੀਂ ਉਹ ਵੀ ਅਸੀਂ ਪ੍ਰੋਪੋਗੇਟ ਕਰਾਂਗੇ। ਤੀਸਰਾ, ਅਸੀਂ ਇੱਕ ਹੋਰ ਮੈਸੇਜ ਲੈ ਕੇ ਚੱਲ ਰਹੇ ਹਾਂ। ਜਿਵੇਂ ਅੱਜ ਕੱਲ੍ਹ ਅਸੀਂ ਦੇਖਿਆ ਹੈ ਕਿ ਕੁੜੀਆਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿੱਥੇ ਨਾ ਕਿੱਥੇ ਅੱਤਿਆਚਾਰ ਹੁੰਦੇ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਕਿੱਥੇ ਨਾ ਕਿੱਥੇ ਕੁੜੀਆਂ ਨੂੰ ਅਸੀਂ ਬਚਾਈਏ ਅਤੇ ਐਜੂਕੇਟ ਵੀ ਕਰੀਏ, ਨਾਲ ਦੇ ਨਾਲ ਪੜ੍ਹਾਈ ਵੀ ਕਰੀਏ, ਅਤੇ ਉਹਦਾ ਵੀ ਇੱਕ ਮੈਸੇਜ ਜਿਹੜਾ ਹੈ ਅਸੀਂ ਲੈ ਕੇ ਚੱਲੇ ਹਾਂ। ਬਸ ਇਹ ਮੈਸੇਜ ਮੈਂ ਆਪਣੀ ਕਾਈ ਟੀਮ ਵੱਲੋਂ, ਮੈਂ ਆਪਣੇ ਯੂਥ ਕਲੱਬ ਵੱਲੋਂ, ਜਿਹੜੇ ਵੀ ਮੇਰੇ ਪੰਜਾਬ ਦੇ ਵੀਰ ਹੈਗੇ ਉਹਨਾਂ ਵੱਲੋਂ ਮੈਂ ਇਹ ਮੈਸੇਜ ਜਿਹੜਾ ਹੈ ਪੂਰੀ ਦੁਨੀਆ ਭਰ 'ਚ ਫੈਲਾਉਣਾ ਚਾਹੁੰਦਾ, ਅਤੇ ਇਹ ਇੱਕ ਮੈਸੇਜ ਸੀ। ਜਿਹੜਾ ਤੁਸੀਂ ਅੱਜ ਸ਼ੁਰੂਆਤ ਕੀਤੀ ਹੈ ਇੱਥੇ ਬਾਬਾ ਜੀ ਦਿਓ, ਇਸ ਤੋਂ ਬਾਅਦ ਤੁਸੀਂ ਕਿੱਥੇ ਜਿਹੜਾ ਕਿ ਤੁਹਾਡਾ ਕੰਪੀਟੀਸ਼ਨ ਵਗੈਰਾ ਹੋਣਾ? ਹਾਂਜੀ, ਮੈਂ ਇਸ ਤੋਂ ਬਾਅਦ ਜੀ ਇੰਟਰਨੈਸ਼ਨਲ ਕਾਈਟ ਫੈਸਟੀਵਲ ਅਹਿਮਦਾਬਾਦ, ਇਸ ਤੋਂ ਬਾਅਦ ਅਸੀਂ ਜਾਣਾ, ਕੱਲ੍ਹ ਛੱਡ ਕੇ ਪਰਸੋਂ ਅਸੀਂ 4 ਤਰੀਕ ਨੂੰ ਅਹਿਮਦਾਬਾਦ ਜਾ ਰਹੇ ਹਾਂ, ਅਤੇ ਉਸ ਤੋਂ ਬਾਅਦ 15 ਤਰੀਕ ਨੂੰ ਅਸੀਂ ਗੋਆ ਜਾ ਰਹੇ ਹਾਂ, ਅਤੇ ਐਵੇਂ ਹੀ 18-19 ਤਰੀਕ ਨੂੰ ਅਸੀਂ ਕਰਨਾਟਕਾ ਜਾਵਾਂਗੇ। ਅਤੇ ਇਹਦੇ ਹਿਸਾਬ 'ਤੇ ਅਸੀਂ ਜਦ ਕਰਨਾਟਕਾ ਤੋਂ ਸਾਡੀ ਪਲੈਨਿੰਗ ਹੈਗੀ ਕਿ ਅਸੀਂ ਤਮਿਲਨਾਡੂ, ਐਵੇਂ ਹੀ ਕੇਰਲਾ ਵੀ ਜਾਵਾਂਗੇ। ਅਤੇ ਇਹਦੇ ਨਾਲ ਅਸੀਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅਸੀਂ ਗੁਰੂ ਸਾਹਿਬ ਦਾ ਜਿਹੜਾ ਆਦੇਸ਼ ਹੈਗਾ ਅਤੇ ਉਹ ਲੈ ਕੇ ਜਾਵਾਂਗੇ, ਤਾਂ ਕਿ ਹਰ ਬੰਦਾ ਜਿਹੜਾ ਹੈ ਇੱਕ ਦੂਸਰੇ ਨਾਲ ਪਿਆਰ ਕਰੇ ਅਤੇ ਸ਼ਾਂਤੀ ਦਾ ਉਹ ਸਹਿਯੋਗ ਕਰੇ। ਜੀ, ਇਸ ਖਾਸ ਤਰ੍ਹਾਂ ਦੀ ਪਤੰਗਬਾਜ਼ੀ ਦੇ ਵਿੱਚ ਖਾਸ ਤੌਰ 'ਤੇ ਪਤੰਗ ਉਡਾਉਣ ਵਾਸਤੇ ਪਹੁੰਚੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਜੀ ਸੀਚੇਵਾਲ, ਜਿਹਨਾਂ ਨੇ ਪਤੰਗਬਾਜ਼ੀ ਦੇ ਜ਼ਰੀਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰੇਰਣਾ ਅਤੇ ਪਰਿਆਵਰਣ ਦੇ ਮਹੱਤਵ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਸਮਝਾਉਣ ਦੀ ਕੋਸ਼ਿਸ਼ ਕੀਤੀ। ਪਤੰਗਬਾਜ਼ੀ ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ, ਅਤੇ ਇਹ ਹਰ ਉਮਰ ਦੇ ਵਿਅਕਤੀ ਨਾਲ ਜੁੜਨ ਦਾ ਵੀ ਇੱਕ ਵਿਸ਼ੇਸ਼ ਢੰਗ ਹੈ, ਅਤੇ ਇਸ ਖਾਸ ਤਰ੍ਹਾਂ ਦੇ ਮੌਸਮੀ ਖੇਡ ਦੇ ਸਹਿਯੋਗ ਦੇ ਨਾਲ ਧਾਰਮਿਕ ਅਤੇ ਸਮਾਜਿਕ ਸੁਨੇਹੇ ਲੋਕਾਂ ਤੱਕ ਪਹੁੰਚਾਉਣਾ ਇੱਕ ਬਹੁਤ ਹੀ ਮਜ਼ਬੂਤ ਅਤੇ ਵਧੀਆ ਤਰੀਕਾ ਹੈ, ਅਤੇ ਹਰ ਕਿਸੇ ਨੂੰ ਅਜਿਹੇ ਤਰੀਕਿਆਂ ਦੀ ਸਲਾਘਾ ਕਰਨੀ ਚਾਹੀਦੀ ਹੈ, ਤਾਂ ਜੋ ਹਰ ਕੋਈ ਬਾਬੇ ਨਾਨਕ ਦੇ ਫਲਸਫੇ ਨੂੰ ਜਾਣ ਸਕੇ, ਪਹਿਚਾਣ ਸਕੇ ਅਤੇ ਉਸ 'ਤੇ ਪਹਿਰਾ ਵੀ ਦੇ ਸਕੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਈ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਮਾਣੀ ਵਾਸਤੇ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।